देश भर विच प्लास्टिक दी वरतों विरुद्ध मुहिम चलाई जा रही है, जिस दे नाल ही नगर निगम ने लोकां दे घरां विचों कढ़े गए प्लास्टिक दे कचरे नाल सड़क बनाउण दा फैसला कीता है। हुण प्लास्टिक अते कूड़े दी वरतों करके नगर निगम तारकोल दी मदद दे नाल सड़क बनाएगा। इस दे लई नगर निगम दी सिविल शाखा ने बठिंडा विखे ट्रायल बेस बनाया है, पर शहर दे जुझार सिंह नगर विच तीन गलियां विच सड़कां बनाउण विच वधिया प्लास्टिक दी वरतों कीती गई है। ਬਠਿੰਡਾ ਕਾਰਪੋਰੇਸ਼ਨ ਵੱਲੋਂ ਕੂੜੇ ਤੋਂ ਸੜਕ ਬਣਾਉਣ ਦਾ ਇਹ ਆਪਣੀ ਕਿਸਮ ਦਾ ਪਹਿਲਾ ਤਜਰਬਾ ਹੈ। ਇਸ ਦੇ ਸੰਬੰਧ ਵਿੱਚ ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਸੰਦੀਪ ਗੁਪਤਾ ਨੇ ਦੱਸਿਆ ਕਿ ਇਸ ਦੀ ਵਰਤੋਂ ਨਾਲ ਸੜਕ ਬਣਾਉਣ 'ਚ ਵੀ ਮਦਦ ਮਿਲੇਗੀ। ਇਸ ਦੇ ਨਾਲ ਹੀ ਸ਼ਹਿਰ ਦੇ ਕੂੜੇ ਵਿੱਚੋਂ ਨਿਕਲਣ ਵਾਲੇ ਪਾਬੰਦੀ ਸ਼ੁਦਾ ਪੋਲੀਥੀਨ ਦੇ ਨਿਪਟਾਰੇ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਪਲਾਸਟਿਕ ਦੇ ਕੂੜੇ ਨੂੰ ਤਾਰਕੋਲ ਦੇ ਨਾਲ ਮਿਲਾ ਕੇ ਸੜਕ ਬਣਾਈ ਜਾਵੇਗੀ। ਇਸ ਵਿੱਚ ਪੋਲੀਥੀਨ ਦੀਆਂ ਖਾਲੀ ਬੋਤਲਾਂ ਨੂੰ ਰੀਸਾਈਕਲਿੰਗ ਕਰਕੇ ਅਤੇ ਰੈਪਰਾਂ ਦੀ ਵਰਤੋਂ ਕਰਕੇ ਸੜਕ ਬਣਾਈ ਗਈ ਹੈ। ਘਰਾਂ ਅਤੇ ਦੁਕਾਨਾਂ ਵਿੱਚੋਂ ਨਿਕਲਦਾ ਪਲਾਸਟਿਕ ਦਾ ਕੂੜਾ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਅਤੇ ਨਗਰ ਨਿਗਮ ਲਈ ਕੋਈ ਸਮੱਸਿਆ ਨਹੀਂ ਬਣੇਗਾ। ਮੇਰਾ ਨਾਂ ਜੀ ਹਰਪਾਲ ਸਿੰਘ ਢੱਲੋਂ ਹੈ ਜੀ। ਮੈਂ ਸਾਡਾ ਇਹ ਵਾਰਡ ਨੰਬਰ 8 ਹੈਗਾ। ਜਿਹੜੇ ਸਾਡੇ ਵਾਰਡ ਦੇ ਵਿੱਚ ਜਿਹੜੀ ਇਹ ਪਲਾਸਟਿਕ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਲਾਸਟਿਕ ਦੇ ਲਿਫਾਫੇ ਜਿਹੜੇ ਵੇਸਟ ਸੀ ਉਹਨੂੰ ਪਾ ਕੇ ਸੜਕ ਬਣਾਈ ਗਈ ਆ। ਇਹ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਕੰਮ ਕੀਤਾ ਗਿਆ ਹੈਗਾ। ਇਹ ਪਹਿਲਾਂ ਹੀ ਬਠਿੰਡੇ ਦੇ ਵਿੱਚ ਕੰਮ ਆ ਅਤੇ ਅਸੀਂ ਧੰਨਵਾਦੀ ਹਾਂ ਸਾਡੇ ਕਮਿਸ਼ਨਰ ਸਾਹਿਬ ਪੱਲਵੀ ਦੇ, ਜਿਨ੍ਹਾਂ ਨੇ ਮੇਰੇ ਵਾਰਡ ਨੂੰ ਚੁਣ ਕੇ ਇੱਥੇ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਜਾਂ ਆਪਾਂ ਕਹਿ ਸਕਦੇ ਹਾਂ ਇੱਕ ਸ਼ੁਰੂਆਤ ਕੀਤੀ ਗਈ ਹੈ ਇਸ ਪ੍ਰੋਜੈਕਟ ਦੀ, ਜਿਹਦੇ ਵਿੱਚ ਪਲਾਸਟਿਕ ਦੇ ਲਿਫਾਫੇ ਜਿਹੜਾ ਰੋ ਮਟੀਰੀਅਲ ਸੀ ਉਹ ਜੋ ਕਿ ਚਲਾਨ ਕੱਟ ਕੇ ਨਗਰ ਨਿਗਮ ਵੱਲੋਂ ਪਹਿਲਾਂ ਇਕੱਠੇ ਕੀਤੇ ਗਏ ਸੀ, ਜਦੋਂ ਸਰਕਾਰ ਵੱਲੋਂ ਇਹ 'ਤੇ ਮਨਾਹੀ ਕੀਤੀ ਗਈ ਸੀ ਪਲਾਸਟਿਕ ਵਰਤਿਆ ਨਹੀਂ ਜਾਣਾ, ਉਹ ਦੁਕਾਨਾਂ ਤੋਂ ਚਲਾਨ ਕੱਟ ਕੱਟ ਜਿਹੜਾ ਪਲਾਸਟਿਕ ਇਕੱਠਾ ਕੀਤਾ ਗਿਆ ਸੀ ਉਹਨੂੰ ਲੋਕਲ ਦੇ ਤੌਰ 'ਤੇ ਜਿਹੜੀ ਵਰਤੋਂ ਕਰਕੇ ਇਹਦੀ ਵਰਤੋਂ ਕੀਤੀ ਗਈ ਹੈ। ਇਹਦੇ ਨਾਲ ਜਿਹੜੀਆਂ ਸਾਡੀਆਂ 3-4 ਗਲੀਆਂ ਬਣਾਈਆਂ ਗਈਆਂ ਜੋ ਅੱਜ ਦੀ ਡੇਟ 'ਚ ਬਹੁਤ ਵਧੀਆ ਬਣੀਆਂ, ਅਤੇ ਸਾਡੇ ਜਿਹੜੇ ਇੰਜੀਨੀਅਰ ਸਾਹਿਬ ਸੀ ਕਮਿਸ਼ਨਰ ਆਪਣੇ ਜੇਈ ਸਾਹਿਬ ਐਸ ਡੀ ਓ ਸਾਹਿਬ ਉਹਨਾਂ ਦੇ ਜਿਹੜੇ ਉਹ ਦੱਸਣ ਦੇ ਅਨੁਸਾਰ ਵੀ ਇਹ ਜਿਹੜੀ ਆਪਣੀ ਲੁੱਕ ਦੇ ਨਾਲ ਇਹ ਸੜਕ ਬਹੁਤ ਜਿਹੜੀ ਸਸਤੀ ਬਣੀ ਹੋਈ ਆ, ਇਹਦੀ ਜਿਹੜੀ ਏਜ ਵੀ ਆ ਉਸ ਤੋਂ ਜ਼ਿਆਦਾ ਚੱਲੂਗੀ ਅਤੇ ਇਹ ਬਹੁਤ ਵਧੀਆ ਬਣੂਗੀ। ਇਹ ਲੁੱਕ ਵਾਲੀ ਸੜਕ ਹੈ ਕਿ ਪਾਣੀਆਂ ਨਾਲ ਟੁੱਟ ਜਾਂਦੀਆਂ, ਮੀਹਾਂ ਨਾਲ ਟੁੱਟ ਜਾਂਦੇ ਆ, ਇਹਦਾ ਕੋਈ ਪਤਾ ਲੱਗਿਆ ਵੀ ਕਿਵੇਂ? ਦੇਖੋ ਸਿੰਘ ਸਾਹਿਬ ਹਜੇ ਇਹ ਪਹਿਲਾਂ ਹੀ ਬਠਿੰਡੇ 'ਚ ਪਹਿਲਾਂ ਹੀ ਪ੍ਰੋਜੈਕਟ ਆ ਅਤੇ ਇਹ ਇਸਦਾ ਜਿਹੜਾ ਰਿਜ਼ਲਟ ਆ ਉਹ ਤਾਂ ਆਊਗਾ ਜੀ, ਪਰ ਹਜੇ ਥੋੜ੍ਹੇ ਦਿਨ ਪਹਿਲਾਂ ਹੀ ਇਹ ਸੜਕ ਬਣੀ ਆ ਅਤੇ ਇਸ ਤੋਂ ਬਾਅਦ ਠੰਡ 'ਤੇ ਇਹਦੇ ਕੀ ਰਿਜ਼ਲਟ ਆਉਂਦੇ ਆ ਅਤੇ ਗਰਮੀ 'ਤੇ ਇਹਦਾ ਕੀ ਆਉਂਦਾ ਅਤੇ ਮੀਂਹ ਦੇ ਵਿੱਚ ਇਹਦਾ ਕੀ ਉਹ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਆਪਣਾ ਤੈਅ ਕਰੂਗਾ, ਪਰ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜਾ ਹੈਗਾ ਇਹਦੇ ਵਧੀਆ ਰਿਜ਼ਲਟ ਆਉਣਗੇ। ਜੇਕਰ ਇਸਦੇ ਵਧੀਆ ਰਿਜ਼ਲਟ ਆਉਂਦੇ ਆ ਤਾਂ ਸਿੰਘ ਸਾਹਿਬ ਇਹਦੇ ਨਾਲ ਜਿੱਥੇ ਆਪਣੇ ਕਾਰਪੋਰੇਸ਼ਨ ਨੂੰ ਬੜਾ ਫਾਇਦਾ ਹੋਣਾ, ਕਿਉਂਕਿ ਜਿੱਥੇ ਰੋ ਮਟੀਰੀਅਲ ਪਲਾਸਟਿਕ ਬੜਾ ਹੈਗਾ ਨਿਕਲਦਾ ਉਹ ਜਿੱਥੇ ਸੀਵਰ ਨੂੰ ਬੰਦ ਕਰਦਾ ਹੋਰ ਨੁਕਸਾਨ ਆਉਂਦੇ ਆ, ਉਹਦੇ ਨਾਲ ਨਾਲ ਜਿਹੜਾ ਲੋਕਾਂ ਨੂੰ ਆਮਦਨ ਵੀ ਜਿਹੜੀ ਹੋਣੀ ਆ, ਤਾਂ ਜਿਹੜੇ ਬੜੇ ਲੋਕ ਲਿਫਾਫੇ ਚੁੱਕਦੇ ਆ ਗਰੀਬ ਬੰਦੇ ਆ ਉਹ ਜਦੋਂ ਇਸ ਨੂੰ ਵੇਚਣਗੇ ਜਾਂ ਇਹਦੀ ਇਨਵੈਸਟਮੈਂਟ ਕਰਨਗੇ ਤਾਂ ਇਹ ਪਲਾਸਟਿਕ ਦੇ ਤੌਰ 'ਤੇ ਦੋ ਸੜਕਾਂ ਬਣਾਉਣ ਲਈ ਵਰਤਿਆ ਜਾਊਗਾ, ਤਾਂ ਇਹਦੀ ਜਿਹੜੀ ਜਿਹੜੀ ਵਧੀਆ ਇੱਕ ਵਰਤੋਂ ਦੇ ਤੌਰ 'ਤੇ ਵਰਤਿਆ ਸੀਵਰ ਬਲੋਕ ਹੋ ਜਾਂਦੇ ਲਿਫਾਫੇ ਦੇ ਨਾਲ, ਇਹਦੇ ਫਾਇਦਾ ਹੋਊਗਾ। ਦੇਖੋ ਵੀਰ ਜੀ ਅੱਜ ਬਠਿੰਡੇ ਦੇ ਵਿੱਚ ਇੱਕ ਮਹਿਣਾ ਚੌਂਕ ਇੱਕ ਇਹੋ ਜਿਹਾ ਏਰੀਆ ਹੈਗਾ ਬੜਾ ਪੌਸ਼ ਏਰੀਆ, ਸਾਨੂੰ ਦੱਸਦਾ ਦੁੱਖ ਹੋ ਰਿਹਾ ਵੀ ਉਹ ਪਿਛਲੇ ਬੜੇ ਦਿਨਾਂ ਤੋਂ ਉੱਥੇ ਧਰਨਾ ਲੱਗਿਆ ਹੋਇਆ ਹੈਗਾ, ਅੱਜ ਵੀ ਧਰਨਾ ਲੱਗਿਆ ਹੋਇਆ ਕਿਉਂਕਿ ਸੀਵਰ ਬੰਦ ਆ। ਸੀਵਰ ਬੰਦ ਹੋਣ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ 90-99% ਸਿਰਫ ਇੱਕੋ ਹੀ ਕਾਰਨ ਹੁੰਦਾ ਵੀ ਪਲਾਸਟਿਕ ਦੇ ਜਿਹੜੇ ਲਿਫਾਫੇ ਆ, ਜੇ ਇਹੀ ਲਿਫਾਫੇ ਆਪਾਂ ਵਰਤੋਂ ਚੰਗੀ ਵਰਤੋਂ 'ਚ ਆ ਜਾਣ ਤਾਂ ਸੀਵਰ ਦੀ ਜਿਹੜੀ ਆ ਬੰਦੀ ਦੀ ਜਿਹੜੀ ਬਿਲਕੁਲ ਸਮੱਸਿਆ ਖਤਮ ਹੋ ਜੂ, 100% ਸੀਵਰ ਸਾਫ ਰਹਿਣ। ਹੁਣ ਤੁਹਾਡੇ ਮਹੱਲੇ 'ਤੇ ਦੋਨੇ ਸੜਕਾਂ ਬਣ ਗਈਆਂ, ਲੋਕਾਂ ਦੀਆਂ ਬਣੀਆਂ ਅਤੇ ਵੇਸਟ ਵਾਲੀਆਂ, ਵੀ ਦੋਨਾਂ 'ਚ ਕੀ ਫਰਕ ਲੱਗ ਰਿਹਾ ਤੁਹਾਨੂੰ ਕੋਈ? ਦੇਖੋ ਸਾਡੇ ਜਿਹੜੇ ਏਰੀਏ 'ਚ ਪਹਿਲਾਂ ਸਾਰੀਆਂ ਹੀ, ਮੇਰਾ ਜਿਹੜਾ ਵਾਰਡ ਆ ਮੈਂ ਸੈਕਿੰਡ ਟਾਈਮ ਐਮ ਸੀ ਬਣਿਆ, ਇਹ ਮੰਨ ਕੇ ਰੱਖੋ ਵੀ ਸਭ ਤੋਂ ਵਧੀਆ ਡਿਵੈਲਪ ਏਰੀਆ ਹੈਗਾ। ਇੱਥੇ ਸਭ ਤੋਂ ਜਿਹੜੀਆਂ ਸੜਕਾਂ ਸੀ ਪਹਿਲਾਂ ਲੁੱਕ ਦੀਆਂ ਬਣੀਆਂ, ਸਭ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਆ ਜਿਹੜਾ ਆਪਾਂ ਪਲਾਸਟਿਕ ਦਾ ਜਾਂ ਲਿਫਾਫਿਆਂ ਵਾਲੀ ਸੜਕ ਦਾ, ਉਹ ਵੀ ਮੇਰੇ ਵਾਰਡ ਤੋਂ ਸ਼ੁਰੂ ਹੋ ਰਿਹਾ। ਅਤੇ ਇਹਦੇ ਜਿਹੜੀਆਂ ਪਹਿਲਾਂ ਵੀ ਸੜਕਾਂ ਬੜੀਆਂ ਵਧੀਆ ਬਣੀਆਂ ਸੀ, ਪਰ ਜਿਹੜੀ ਆਹ ਸਿਮਿਟਰੀ 'ਚ ਲੁੱਕੋ ਜਿਹੜੀ ਪਲਾਸਟਿਕ ਨਾਲ ਬਣੀ ਆ, ਇਹ ਜੇ ਆਪਾਂ ਦੇਖ ਦੇਖੀਏ ਤਾਂ ਇਹਦੀ ਬਹੁਤ ਸੋਹਣੀ ਬਣੀ ਹੋਈ ਹੈ, ਕਿਉਂ ਵਾਲ ਟੂ ਵਾਲ, ਅਤੇ ਦੂਸਰਾ ਇਹਦੇ ਵਿੱਚ ਕਿਤੇ ਵੀ ਉੱਚਾ ਨੀਵਾਂ ਨਹੀਂ, ਜੇ ਆਪਾਂ ਕਹਿ ਸਕੀਏ ਵੀ ਪਾਣੀ ਖੜਨ ਦੀ ਕਿਤੇ ਸ਼ਮਤਾ ਨਹੀਂ, ਬਹੁਤ ਵਧੀਆ ਅਤੇ ਸਫਾਈ ਨਾਲ ਸੜਕ ਬਣੀ ਹੋਈ ਹੈ। ਐਕਚੁਲੀ 17 ਸਤੰਬਰ ਨੂੰ ਇੰਜੀਨੀਅਰਸ ਡੇ ਸੀਗੇ ਜੀ, ਅਤੇ ਆਮ ਤੌਰ 'ਤੇ ਰਵਾਇਤ ਇਹ ਸੀ ਅਸੀਂ ਚਾਹ ਪਾਰਟੀ ਕਰਕੇ ਸਾਰੇ ਇੰਜੀਨੀਅਰਸ ਆਪਣੇ ਆਪਣੇ ਕੰਮ ਲੱਗ ਜਾਂਦੇ ਸੀ। ਐਤਕੀ ਆਈ ਮੇਰੇ ਕੋਲ ਆਏ ਕਿ ਕੀ ਪਲੈਨਿੰਗ ਹੈ, ਅਤੇ ਜਿਹੜੇ ਐਸ ਟੀ ਓ ਸੀ ਯੰਗ, ਮੈਂ ਉਹਨਾਂ ਨੂੰ ਕਿਹਾ ਯਾਰ ਕੋਈ ਆਪਾਂ ਰਵਾਇਤੀ ਸਿਸਟਮ ਰੂਲ ਕਰੀ ਜਾਂਦੇ ਹਾਂ, ਫਿਰ ਚਲੇ ਜਾਂਦੇ ਹਾਂ, ਕੁਛ ਪ੍ਰੈਜੈਂਟੇਸ਼ਨ ਵਗੈਰਾ ਦਿਓ ਕਿਸੇ ਇੰਜੀਨੀਅਰਿੰਗ ਟੋਪਿਕ 'ਤੇ। ਇੱਕ ਉਹਨਾਂ ਨੇ ਪ੍ਰੈਜੈਂਟੇਸ਼ਨ ਤਿਆਰ ਕੀਤੀ ਸੀ, ਅਤੇ ਉਹ ਮਾਨਯੋਗ ਕਮਿਸ਼ਨਰ ਸਾਹਿਬ ਦੇ ਪ੍ਰੈਜੈਂਸ ਦੇ ਵਿੱਚ ਉਹਨਾਂ ਨੇ ਪ੍ਰੈਜੈਂਟੇਸ਼ਨ ਦਿਖਾਈ ਕਿ ਅਸੀਂ ਇਸ ਤਰ੍ਹਾਂ ਪਲਾਸਟਿਕ ਦੀ ਵਰਤੋਂ ਕਰ ਸਕਦੇ ਹਾਂ ਸੜਕਾਂ ਦੇ ਨਿਰਮਾਣ ਦੇ ਵਿੱਚ। ਅਤੇ ਮੈਡਮ ਨੇ ਕਿਹਾ ਠੀਕ ਹੈ, ਕਿਤਾਬਾਂ 'ਚ ਤਾਂ ਸਾਰਾ ਗਿਆਨ ਪਿਆ ਕਿ ਇਹਨੂੰ ਪ੍ਰੈਕਟੀਕਲੀ ਯੂਜ਼ ਕਰਕੇ ਕਰੋਗੇ। ਦੇ ਫਿਰ ਅਸੀਂ ਉਹਨਾਂ ਦੀ ਮੋਟੀਵੇਸ਼ਨ ਨਾਲ ਇਹ ਇੱਕ ਟ੍ਰਾਇਲ ਲਿਆ, ਜੁਝਾਰ ਸਿੰਘ ਨਗਰ ਗਲੀਆਂ ਬਣਾਈਆਂ 2-3, ਉਹ ਕਾਫੀ ਅੱਛੀ ਬਣੀਆਂ ਨੇ। ਉਹਦੇ ਵਿੱਚ ਟੈਕਨੋਲੋਜੀ ਇਹ ਹੈ ਕਿ ਵੀ
ਜਿਹੜਾ ਲੁੱਕ ਹੈ ਉਹ 8% ਘੱਟ ਵਰਤਦੇ ਹਾਂ। ਉਹਨਾਂ ਹੀ ਵੇਟ ਜਿਹੜਾ ਉਹ ਪਲਾਸਟਿਕ ਦਾ ਸਟੈਂਡਰਡ ਪਲਾਸਟਿਕ ਹੈਗਾ ਸਾਡੇ ਕੋਲ, ਇੱਥੇ ਵੇਸਟ ਪ੍ਰੋਸੈਸਿੰਗ ਪਲਾਂਟ ਲੱਗਿਆ ਹੋਇਆ JITF ਦਾ, ਉਹਦੇ ਵਿੱਚੋਂ ਸਟੈਂਡਰਡ ਪਲਾਸਟਿਕ ਲਿਆ ਸੀ ਅਤੇ ਉਹ ਪਾਇਆ ਗਿਆ 8% ਬਾਈ ਵੇਟ, ਅਤੇ ਅਸੀਂ ਯੂਜ਼ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਪਾਤਾ ਮੈਡਮ ਦੇ। ਉਸ ਤੋਂ ਬਾਅਦ ਬਹੁਤ ਲੋਕਾਂ ਨੇ ਇਹਨੂੰ ਪ੍ਰੇਜ਼ ਕੀਤਾ, ਸਾਰੇ ਲਗਭਗ IAS ਔਫਿਸਰਸ ਨੇ, ਮਾਨਯੋਗ ਮੰਤਰੀ ਜੀ ਦਾ ਵੀ ਮੈਨੂੰ ਫੋਨ ਆਇਆ ਸੀ, ਉਹਨਾਂ ਨੇ ਵੀ ਇਸ ਕੰਮ ਦੀ ਕਾਫੀ ਸਰਾਹਨਾ ਕੀਤੀ ਹੈ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਹਿਲਾ ਪ੍ਰੋਜੈਕਟ ਹੈ ਪੰਜਾਬ ਦਾ, ਹਾਂ ਐਟਲੀਸਟ ਸਾਡੇ ਡਿਪਾਰਟਮੈਂਟ ਦਾ, ਲੋਕਲ ਗੌਰਮੈਂਟ 'ਤੇ ਪਹਿਲੀ ਵਾਰੀ ਵਰਤਿਆ ਗਿਆ ਜੀ। ਪਲਾਸਟਿਕ ਯੂਜ਼ ਕਿਸ ਤਰ੍ਹਾਂ ਕੀਤਾ ਗਿਆ, ਜਿਹੜਾ ਹੈ ਕੰਪਿਊਟਰਾਈਜ ਪਲਾਂਟ ਹੈ ਜੀ, ਜਿਹੜੀ ਜਿੱਥੇ ਅਸੀਂ ਪ੍ਰੀਮਿਕਸ ਦਾ ਮਿਕਸ ਬਣਾਉਂਦੇ ਹਾਂ, ਨੋ ਡਾਊਟ ਬਾਕੀ ਸਾਰੇ ਮਟੀਰੀਅਲ ਤਾਂ ਕੰਪਿਊਟਰ ਦਾ ਵਜ਼ਨ ਹੋ ਕੇ ਵੇਮੈਂਟ ਹੋ ਕੇ ਫਿਰ ਪੈਂਦੇ ਨੇ, ਇਹ ਮੈਨੂਅਲੀ ਪਾਇਆ ਗਿਆ ਸੀ। ਜਿਹੜਾ ਹੈਗਾ ਲੁੱਕ ਦੀ ਸ਼ੈਡਿਡ ਲੁੱਕ ਸੀਗਾ ਬੋਰੀਆਂ ਦੇ ਵਿੱਚ, ਉਹ ਅਸੀਂ ਹੱਥਾਂ ਨਾਲ ਹੀ ਪਾਇਆ ਸੀ ਉਹਦੇ ਕਨਵੇਅਰ ਬੈਲਟ 'ਤੇ, ਅਤੇ ਉਹ ਡਰੰਮ ਦੇ ਵਿੱਚ ਚਲਾ, ਹੋਪਰ ਦੇ ਵਿੱਚੋਂ ਡਰੰਮ ਦੇ ਵਿੱਚ ਚਲਾ ਗਿਆ ਸੀ ਐਂਡ ਅਸੀਂ ਪਾਇਆ। ਸਾਰੇ ਲੋਕਾਂ ਨੇ ਸੜਕ ਦੇਖੀ ਹੈ, ਬਹੁਤ ਅੱਛੀ ਬਣੀ ਹੈ ਜਿਹੜੀ ਅਸੀਂ ਟ੍ਰਾਇਲ ਲੈਂਥ ਬਣਾਈ ਹੈ 1000 ਫੁੱਟ ਦੀ 3 ਗਲੀਆਂ ਦੇ ਵਿੱਚ, ਅਤੇ ਜਿਹੜੀ ਗੂਗਲ 'ਤੇ ਵੀ ਸਾਰਾ ਗਿਆਨ ਪਿਆ, ਉਹਦੇ 'ਚ ਵੀ ਲਿਖਿਆ ਕਿ ਵੀ ਇਹ ਸੜਕਾਂ ਜ਼ਿਆਦਾ ਡਿਊਰੇਬਲ ਹੋਣਗੀਆਂ, ਖੱਡੇ ਇਹਦੇ 'ਚ ਘੱਟ ਪੈਣ ਦੀ ਸੰਭਾਵਨਾ ਹੈ ਜਾਂ ਉਖੜਨ ਦੀ ਵੀ ਘੱਟ ਸੰਭਾਵਨਾ ਹੈ, ਇਹਦੇ ਵਿੱਚ ਰੈਲੇਟਿਵਲੀ ਉਹਦੇ ਨਾਲੋਂ ਘੱਟ ਪਏਗਾ ਜੀ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV।